ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਉਹ ਨਾਂ ਜਿਸ ਨੂੰ ਕਿ ਪੂਰੀ ਦੁਨੀਆ ਪਿਆਰ ਕਰਦੀ ਹੈ। ਦਿਲਜੀਤ ਦੋਸਾਂਝ ਉਹ ਨਾਂ ਹੈ ਜਿਸ ਨੇ ਕਿ ਬਾਲੀਵੁੱਡ ਹੀ ਨਹੀਂ ਬਾਲੀਵੁੱਡ ਦੇ ਵਿੱਚ ਵੀ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ। ਤੇ ਹੁਣ ਦਿਲਜੀਤ ਦੋਸਾਂਝ ਆ ਰਹੇ ਹਨ ਆਪਣੀ ਨਵੀਂ ਫਿਲਮ ਛੜਾ ਲੈ ਕੇ। ਦੱਸ ਦਈਏ ਫਿਲਮ ਦਾ ਪੋਸਟਰ ਯਾਨੀ ਕਿ ਫਸਟ ਲੁੱਕ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਦਿਲਜੀਤ ਦੋਸਾਂਝ ਤੇ ਫਿਲਮ ਦੀ ਪੂਰੀ ਟੀਮ ਵੱਲੋਂ ਸ਼ੇਅਰ ਕਰ ਦਿੱਤੀ ਗਈ ਹੈ। ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਨੀਰੂ ਬਾਜਵਾ ਸਕਰੀਨ ਸ਼ੇਅਰ ਕਰਦੀ ਹੋਈ ਦਿਖਾਈ ਦੇਵੇਗੀ ਤੇ ਇਸ ਫਿਲਮ ਦਾ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਫੈਨਸ ਨੂੰ ਇੰਤਜ਼ਾਰ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ਛੜਾ ਹੋਵੇ ਜਾਂ ਛੜੀ, ਵਿਆਹਿਆ ਹੋਵੇ ਜਾਂ ਵਿਆਹੀ, ਬੱਚੇ ਹੋਣ ਜਾਂ ਬਜ਼ੁਰਗ, ਅਸੀਂ ਆ ਰਹੇ ਹਾਂ ਤੁਹਾਡੇ ਸਾਰਿਆਂ ਦੇ ਲਈ। ਗੈਟ ਰੈਡੀ ਫੋਰ ਅਵਰ ਰੰਗਾਰੰਗ ਕਾਰਿਆਕ੍ਰਮ। ਦੱਸ ਦਈਏ ਫਿਲਮ ਛੜਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸਦਾ ਕਿ ਟ੍ਰੇਲਰ 20 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਹਰ ਫਿਲਮ ਦੀ ਤਰ੍ਹਾਂ ਦਿਲਜੀਤ ਦੋਸਾਂਝ ਦੀ ਇਸ ਫਿਲਮ ਦੀ ਵੀ ਇੱਕ ਟੈਗ ਲਾਈਨ ਹੈ ਕਿ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਇਹ ਫਿਲਮ ਜਗਦੀਪ ਸਿੱਧੂ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਤੇ A&A ਐਡਵਾਈਜ਼ਰਸ ਇਸ ਨੂੰ ਪ੍ਰੈਜ਼ੈਂਟ ਕਰ ਰਹੇ ਹਨ। ਫਿਲਮ ਦਾ ਪੋਸਟਰ ਆਉਂਦਿਆਂ ਹੀ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ ਛੜਾ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ। ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਫਿਲਮ ਦੇ ਟਾਈਟਲ ਸੌਂਗ ਦੇ ਵਿੱਚ ਟਿਕਟੌਕ ਤੇ ਮਸ਼ਹੂਰ ਟੀਮ ਸੋਨੀ ਕਰੂ ਵੀ ਦਿਖਾਈ ਦੇਵੇਗੀ। ਸੋ ਅਖੀਰ ਚੈਨਲ 7 ਰੰਗ ਦੀ ਪੂਰੀ ਟੀਮ ਵੱਲੋਂ ਦਿਲਜੀਤ ਦੋਸਾਂਝ, ਨੀਰੂ ਬਾਜਵਾ ਤੇ ਫਿਲਮ ਛੜਾ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਡਾ ਕੀ ਕਹਿਣਾ ਫਿਲਮ ਦੇ ਪੋਸਟਰ ਬਾਰੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਨਵੇਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ 'ਤੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ, ਚੈਨਲ 7 ਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ.com।